ਇਸ ਕੈਬਨਿਟ ਦੇ ਮੰਤਰੀ ਔਰ ਏਸ ਕਾਂਗਰਸ ਪਾਰਟੀ ਦੇ ਪ੍ਰਧਾਨ ਏਸ ਕਾਂਗਰਸ ਪਾਰਟੀ ਦੇ ਚੇਅਰਮੈਨ ਕੈਂਪੇਨ ਕਮੇਟੀ ਇਨਾਂ ਲੋਕਾਂ ਕਰਕੇ ਤਾਂ ਪੰਜਾਬ ਦੇ ਹਾਲਾਤ ਇਹ ਹੋਏ ਤੁਸੀਂ ਕੀ ਕਹਿੰਦੇ ਹੋ ਕਿ ਇਹ ਕਿਹੜਾ ਸੀਲ ਬੰਦ ਡੱਬਾ ਲੈ ਚੱਲੇ ਨੇ ਇਸ ਡੱਬੇ ਦੇ ਵਿੱਚ ਤਾਂ ਕਈ ਮੋਰੀਆਂ ਨੇ ਇਹ ਤਾਂ ਬਾਅਦ ਚ ਪਤਾ ਲੱਗਣਾ ਹੈ ਉਹ ਡੱਬਾ ਲੈ ਕੇ ਆਏ ਕਿ ਉਹਰੇ ਚ ਬੰਬ ਹੀ ਚੱਲ ਗਏ ਉਹਨਾਂ ਨੂੰ ਪਤਾ ਨਹੀਂ ਕਿ ਮੈਂ ਤਾਂ ਤੋਹਫਾ ਲੈ ਕੇ ਆਇਆ ਸੀ ਤਾਂ ਪੜਾਕਾ ਹੀ ਪੈ ਗਿਆ ਲੋਕਾਂ ਨੂੰ ਅਸੀਂ ਸੱਦਾਂਗੇ ਜਿਹੜੇ ਪੰਜਾਬ ਦੀ ਸੇਵਾ ਕਰਨਾ ਚਾਹੁੰਦੇ ਵਾਸਤਵ ਦੇ ਵਿੱਚ ਆਮ ਲੋਕ ਉਹਨਾਂ ਵਾਸਤੇ ਇਹ ਜਿਹੜੀਆਂ ਜਗ੍ਹਾ ਹੈ ਇਹ ਖਾਲੀ ਹੋਈ ਜਾਨ ਬੁਝ ਕੇ ਲੋਕਾਂ ਦਾ ਮਾਈਂਡ ਡਿਵਰਟ ਕਰਨ ਲਈ ਇਹ ਲੋਕ ਚੁਣੇ ਗਏ ਇਸ ਮੌਕੇ ਇਹੀ ਸਮਾਂ ਕਿਉਂ ਚੁਣਿਆ ਗਿਆ ਉਧਰੋਂ ਸਿੱਧੂ ਮੂਸੇਵਾਲੇ ਦੇ ਮਾਪਿਆਂ ਵੀ ਵਿਚਾਰੇ ਨੂੰ ਇੱਥੇ ਸੱਦਿਆ ਹੋਇਆ ਝਾਕੜ ਸਾਹਿਬ ਦੇ ਭਤੀਜਾ ਜੀ ਐਮਐਲਏ ਤੁਸੀਂ ਕਈਆਂ ਲੋਕਾਂ ਨੂੰ ਨਾਲ ਲੈ ਕੇ ਜਾ ਰਹੇ ਹੋ ਫਿਰ ਥੋੜਾ ਭਤੀਜਾ ਕਿਉਂ ਨਹੀਂ ਜਾ ਰਿਹਾ ਕੁਰਸੀ ਚਲੀ ਜਾਏਗੀ ਫਿਰ ਦੁਬਾਰੇ ਚੋਣਾਂ ਲੜਨਾ ਪਏਗਾ ਤੇ ਜਦੋਂ ਚੋਣਾਂ ਲੜਨਾ ਪਏਗਾ ਤੇ ਵੱਡੇ ਤੇ ਛੋਟੇ ਲੀਡਰਾਂ ਦਾ ਪਤਾ ਲੱਗ ਜਾਏਗਾ ਕਿ ਕਿੰਨੇ ਕ ਵੱਡੇ ਐ ਤੇ ਕਿੰਨੇ ਕ ਛੋਟੇ ਐ ਐਥਿਕਲੀ ਇਹ ਬੰਦਾ ਹੈ ਨਾਲ ਲੈ ਕੇ ਜੁਆਇਨ ਕਰੋ ਆਪਣੇ ਵਿਧਾਇਕ 100% ਇਹ ਬੰਦੇਨ ਤਾਂ ਦੋ ਦੋ ਤਿੰਨ ਤਿੰਨ ਵਾਰੀ ਪਾਰਟੀਆਂ ਬਦਲੀਆਂ ਬੜੇ ਫਕਰ ਨਾਲ ਚੌੜੇ ਹੋ ਕੇ ਨਾਮੀ ਪਾਰਟੀ ਜੁਆਇਨ ਕਰਨ ਜਾ ਰਹੇ ਇਹਨਾਂ ਨੇ ਰਾਜਨੀਤਿਕ ਗੰਦੀ ਇਹਨਾਂ ਲੋਕਾਂ ਨੇ ਕੀਤੀ ਹੈ ਸਾਡੇ ਚਿੱਟੇ ਕੱਪੜਿਆਂ ਤੇ ਦਾਗ ਇਹਨਾਂ ਨੇ ਲਾਉਣਾ ਸ਼ੋਅ ਕੀਤਾ ਕੇਂਦਰੀ ਗ੍ਰਹਿ ਮੰਤਰੀ ਅਮੇਸ਼ਾਦੀ ਫੇਰੀ ਨੇ ਪੰਜਾਬ ਕਾਂਗਰਸ ਦੇ ਲਈ ਵੱਡਾ ਛਟਕਾ ਦਿੱਤਾ ਆ ਜੇਕਰ ਅਸੀਂ ਤਸਵੀਰਾਂ ਦੀ ਗੱਲ ਕਰੀਏ ਤਾਂ ਸਾਬਕਾ ਕੈਬਨਿਟ ਦੇ ਬਹੁਤ ਵੱਡੇ ਚਿਹਰੇ ਕਾਂਗਰਸ ਦੇ ਜਿਹੜੇ ਕਿ ਇਸ ਵਕਤ ਭਾਰ ਭਾਰ ਸ਼ਾਮਲ ਹੋਣ ਦੀ ਸੰਭਾਵਨਾ ਪੂਰੀ ਬਣ ਚੁੱਕੀ ਹੈ ਮੇਰੇ ਨਾਲ ਰਾਜਾ ਵੜਿੰਗ ਨੇ ਕਾਂਗਰਸ ਪੰਜਾਬ ਦੇ ਪ੍ਰਧਾਨ ਨੇ ਵੜਿੰਗ ਸਾਹਿਬ ਇੱਕ ਫੇਰੀ ਅੰਮ੍ਰਿਤਸਰ ਦੀ ਸ਼ਾਦੀ ਪੰਜਾਬ ਚੰਡੀਗੜ੍ਹ ਆ ਰਹੀ ਆ ਤੇ ਉਹ ਕਾਂਗਰਸ ਲਈ ਵੱਡਾ ਝਟਕਾ ਸਾਬਤ ਹੋ ਰਹੀ ਹੈ। ਦੋ ਸ਼ਬਦ ਤੁਸੀਂ ਗਲਤ ਕਹਿ ਗਏ ਕਿ ਝਟਕਾ। ਧੰਨਵਾਦ ਅਮਿਤ ਸ਼ਾਹ ਦਾ। ਜੀ। ਪਰਮਾਤਮਾ ਉਹਨਾਂ ਨੂੰ ਲੰਬੀ ਉਮਰ ਬਖਸ਼ੇ ਜਿਉਂਦੇ ਵਾਸਤੇ ਰਹਿਣ। ਦੂਜੀ ਗੱਲ ਤੁਸੀਂ ਕਿਹਾ ਵੱਡੇ ਲੀਡਰ। ਜੀ। ਕੋਈ ਵੱਡਾ ਲੀਡਰ ਰਹਿ ਗਿਆ ਪੰਜਾਬ 'ਚ? ਕੈਬਨਿਟ ਦਾ ਹਿੱਸਾ ਰਹਿ। ਇਹ ਕੈਬਨਿਟ ਦੇ ਜਿਹੜੇ ਲੋਕ ਹਿੱਸਾ ਸਨ। ਇਨਾਂ ਦੇ ਕਰਕੇ ਕਾਂਗਰਸ ਦੇ ਇਹ ਹਾਲਾਤ ਹੋਏ। ਔਰ ਸ਼ੁਕਰ ਹੈ ਇਸ ਸਮਾਨ ਨੂੰ ਇਹ ਭਾਜਪਾ ਲੈ ਗਈ। ਇਹ ਖੜੀ ਹੋਣ ਤੋਂ ਪਹਿਲਾਂ ਹੀ ਮਰ ਜਾਏਗੀ। ਇਸ ਕੈਬਨਿਟ ਦੇ ਮੰਤਰੀ ਔਰ ਇਸ ਕਾਂਗਰਸ ਪਾਰਟੀ ਦੇ ਪ੍ਰਧਾਨ ਇਸ ਕਾਂਗਰਸ ਪਾਰਟੀ ਦੇ ਚੇਅਰਮੈਨ ਕੈਂਪੇਨ ਕਮੇਟੀ ਇਨਾਂ ਲੋਕਾਂ ਕਰਕੇ ਤਾਂ ਪੰਜਾਬ ਦੇ ਹਾਲਾਤ ਇਹ ਹੋਏ। ਜਿਨ੍ਹਾਂ ਨੂੰ ਲੋਕ ਦੋਸ਼ੀ ਮੰਨਦੇ ਨੇ ਜਿਨ੍ਹਾਂ ਤੇ ਕਈ ਕਈ ਇਲਜ਼ਾਮਤ ਲਾਉਂਦੇ ਨੇ ਮੈਂ ਨਹੀਂ ਲਾਉਂਦਾ ਪੰਜਾਬ ਦੇ ਲੋਕ ਲਾਉਂਦੇ ਨੇ ਤੇ ਤੁਸੀਂ ਕੀ ਕਹਿੰਦੇ ਹੋ ਕਿ ਇਹ ਕਿਹੜਾ ਸੀਲ ਬੰਦ ਡੱਬਾ ਲੈ ਚੱਲੇ ਨੇ ਇਸ ਡੱਬੇ ਦੇ ਵਿੱਚ ਤਾਂ ਕਈ ਮੋਰੀਆਂ ਨੇ ਜਿਹੜਾ ਇਹ ਡੱਬਾ ਲੈ ਕੇ ਚੱਲੇ ਨੇ ਇਹ ਤਾਂ ਬਾਅਦ ਚ ਪਤਾ ਲੱਗਣਾ ਹੈ ਅਮਿਤ ਸ਼ਾਹ ਜੀ ਨੂੰ ਕਿ ਮੈਂ ਤੋਹਫਾ ਲੈ ਕੇ ਆਇਆ ਕਿ ਡੱਬੇ ਦੇ ਵਿੱਚ ਬੰਬਾਂ ਦਾ ਜਿਹੜੇ ਬੰਬ ਨੇ ਉਹ ਡੱਬਾ ਲੈ ਕੇ ਆਇਆ ਕਿ ਉਹਰੇ ਚ ਬੰਬ ਹੀ ਚੱਲ ਗਏ ਇਹਨਾਂ ਨੂੰ ਪਤਾ ਲੱਗਿਆ ਮੈਂ ਤਾਂ ਤੋਹਫਾ ਲੈ ਕੇ ਆਇਆ ਸੀ ਇਹਦਾ ਪੜਾਕਾ ਹੀ ਪੈ ਗਿਆ ਬਹੁਤ ਚੰਗੀ ਗੱਲ ਹੈ ਔਰ ਮੈਂ ਇਹਦੇ ਨਾਲ ਨਾਲ ਇਹ ਵੀ ਕਹਿਣਾ ਚਾਹਣਾ ਹਾਂ ਹੋਰ ਵੀ ਕੋਈ ਜਾਣਾਂ ਚਾਹੁੰਦਾ ਹੈ ਤਾਂ ਬਿਲਕੁਲ ਜਾ ਸਕਦਾ ਹੈ ਕਿਸੇ ਤੇ ਕੋਈ پابੰਦੀ ਨਹੀਂ ਹੈ ਔਰ ਇਹਰੇ ਨਾਲ ਸਾਨੂੰ ਇੱਕ ਓਪਰਚੁਨਿਟੀ ਮਿਲੀ ਹੈ ਸਾਨੂੰ ਇੱਕ ਨਵਾਂ ਰਾਹ ਖੁੱਲਿਆ ਹੈ ਉਦਾਹਰਨ ਦੇ ਤੌਰ ਤੇ ਸਰਦਾਰ ਬਲਬੀਰ ਸਿੰਘ ਸਿੱਧੂ ਸਾਹਿਬ ਗਏ ਨੇ ਹੁਣ ਸਰਦਾਰ ਬਲਬੀਰ ਸਿੰਘ ਸਿੱਧੂ ਮੰਤਰੀ ਵੀ ਸਨ ਜੀ ਉਹਨਾਂ ਦਾ ਸੁਪੁੱਤਰ ਯੂਥ ਕਾਂਗਰਸ ਦਾ ਵੀ ਪ੍ਰਧਾਨ ਸੀ ਉਹਨਾਂ ਦਾ ਸਾਡਾ ਭਰਾ ਜੀਤੀ ਜੀ ਉਹ ਮੇਰ ਵੀ ਸਨ ਉਹਨਾਂ ਦਾ ਜਿਹੜਾ ਪੀਏ ਉਹ ਮਾਰਕ ਕਮੇਟੀ ਦਾ ਚੇਅਰਮੈਨ ਵੀ ਸੀ ਚਾਰ ਅਹੁਦੇ ਅੱਜ ਖਾਲੀ ਹੋਏ ਐ ਕੱਲ ਨੂੰ ਨਵੇਂ ਲੋਕਾਂ ਵਾਸਤੇ ਦਰਵਾਜ਼ੇ ਕਿਉਂ ਨਹੀਂ ਲੋਕ ਜੁੜਨਾ ਚਾਹੁੰਦੇ ਸੰ ਸਾਡੇ ਨਾਲ ਨਵੇਂ ਨਵੇਂ ਲੋਕਾਂ ਸੀ ਉਹ ਰਾਹ ਬੰਸੀ ਏਵੇਂ ਰਾਮਪੁਰਾ ਫੂਲ ਕਾਂਗੜਾ ਸਾਹਿਬ ਕਾਂਗੜਾ ਸਾਹਿਬ ਦਾ ਬੇਟਾ ਕੋਆਪਰੇਟਿਵ ਬੈਂਕ ਦਾ ਚੇਅਰਮੈਨ ਕਾਂਗੜਾ ਸਾਹਿਬ ਦੇ ਹੋਰ ਰਿਸ਼ਤੇਦਾਰ ਕਈਆਂ ਚੀਜ਼ਾਂ ਦੇ ਚੇਅਰਮੈਨ ਉਹ ਇੱਕ ਰਾਸਤਾ ਨੌਜਵਾਨਾਂ ਵਾਸਤੇ ਪੰਜਾਬ ਦੇ ਲੋਕਾਂ ਨੂੰ ਨਵੀਂ ਕਾਂਗਰਸ ਦੀ ਜਿਹੜੋਂ ਮੈਂ ਗੱਲ ਕਰਦਾ ਕਿ ਇੱਕ ਟੈਲੈਂਟ ਹੰਟ ਪ੍ਰੋਗਰਾਮ ਲੋਗਾ ਨੂੰ ਅਸੀਂ ਸੱਦਾਾਂਗੇ ਜਿਹੜੇ ਪੰਜਾਬ ਦੀ ਸੇਵਾ ਕਰਨਾ ਚਾਹੁੰਦੇ ਵਾਸਤਵ ਦੇ ਵਿੱਚ ਆਮ ਲੋਕ ਉਹਨਾਂ ਵਾਸਤੇ ਇਹ ਜਿਹੜੀਆਂ ਜਗ੍ਹਾ ਹੈ ਇਹ ਖਾਲੀ ਹੋਈ ਹੈ ਔਰ ਵੱਡਾ ਲੀਡਰ ਕੋਈ ਰਹਿ ਨਹੀਂ ਗਿਆ ਇਹ 92 ਸੀਟਾਂ ਦੇ ਫਤਵੇ ਤੋਂ ਬਾਅਦ ਇਹ ਦੱਸ ਦਿੱਤਾ ਗਿਆ ਆਮ ਕਈ ਬੰਦੇ ਜਿਹੜੇ ਲੋਕ ਜਿੱਤੇ ਹੈ ਵੱਡਾ ਲੀਡਰ ਉਹ ਹੈ ਜਿਹੜਾ ਲੋਕਾਂ ਦੇ ਦਿਲ ਚ ਵਸਦਾ ਹੈ ਉਹ ਵੱਡਾ ਲੀਡਰ ਹੈ ਇਹ ਨਹੀਂ ਕਿ ਆ ਵੀ ਤਿੰਨ ਵਾਰੀ ਦਾ ਕੈਬਨਿਟ ਮੰਤਰੀ ਰਿਹਾ ਤੇ ਉਹ ਵੱਡਾ ਲੀਡਰ ਹੈ ਕੋਈ ਕੋਈ ਵੱਡਾ ਸੋ ਮੈਨੂੰ ਇਸ ਗੱਲ ਦੀ ਬੇहद ਖੁਸ਼ੀ ਹੈ ਮੈਂ ਇਹਨਾਂ ਸੱਜਣਾ ਨੂੰ ਮੁਬਾਰਕਬਾਦ ਦੇਣਾ ਚਾਹੁੰਦਾ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਇਹਨਾਂ ਨੂੰ ਤੰਦਰੁਸਤੀ ਬਖਸ਼ੇ ਔਰ ਇਹ ਵੱਡੇ ਵੱਡੇ ਅਹੁਦੇ ਲੈ ਕੇ ਭਾਜ ਪਾ ਦੇ ਇਹ ਮਦਾਨੇ ਮદાન ਵਿੱਚ ਆਉਣਗੇ ਔਰ ਇਹਨਾਂ ਨੂੰ ਆਪਣੇ ਆਪ ਵੀ ਪਤਾ ਲੱਗ ਜਾਏਗਾ ਵੀ ਅਸੀਂ ਕਿੰਨੇ ਵੱਡੇ ਸੀ ਔਰ ਭਾਜਪੀ ਨੂੰ ਵੀ ਪਤਾ ਲੱਗ ਜਾਏਗਾ ਕਿ ਸਾਨੂੰ ਇਹਨਾਂ ਦਾ ਕਿੰਨਾ ਕੋ ਫਾਇਦਾ ਹੋਣ ਵਾਲਾ ਜੀ ਸਾਹਿਬ ਜਿਹੜੀ ਭਾਜਪਾ ਨਾਰਾ ਦਿੰਦੀ ਆ ਕਾਂਗਰਸ ਮੁਕਤੀ ਦੀ ਗੱਲ ਕਰਦੀ ਆ ਭਾਰਤ ਦੀ ਪੰਜਾਬ ਚ ਜਿਸ ਤਰੀਕੇ ਦੇ ਨਾਲ ਹੁਣ ਅਸੀਂ ਕਹੇ ਤੁਸੀਂ ਨਹੀਂ ਮੰਨਦੇ ਚਾ ਵੱਡੇ ਲੀਡਰ ਚਲੋ ਲੋਕ ਜਿਹੜੇ ਨਾਲ ਸੀ ਤੁਹਾਨੂੰ ਲੱਗਦਾ ਨਹੀਂ ਵੀ ਉਹ ਜਿਹੜੀ ਵਾਅਦੇ ਦੀ ਗੱਲ ਕਰਦੇ ਨੇ ਨਾਰੇ ਦੀ ਗੱਲ ਕਰਦੇ ਨੇ ਉਹ ਨਾਰਾ ਕਿਤੇ ਨਾ ਕਿਤੇ ਪੂਰਾ ਹੁੰਦਾ ਨਜ਼ਰ ਆ ਰਿਹਾ ਬਿਲਕੁਲ ਇਹ ਕਦੇ ਪੂਰਾ ਨਾ ਨਾਰਾ ਹੋਇਆ ਨਾ ਕੋਈ ਪੂਰਾ ਇਹ ਕਰ ਸਕਦਾ ਸਿਆਣੇ ਕਹਿੰਦੇ ਉੱਚੇ ਬੋਲਣਾ ਬੋਲੀਏ ਕਰਤਾ ਰੋ ਡਰੀਏ ਰੱਬ ਤੋਂ ਡਰਨਾ ਚਾਹੀਦਾ ਹੈ ਕੋਈ ਕਿਸੇ ਨੂੰ ਖਤਮ ਨਹੀਂ ਕਰ ਸਕਦਾ ਮੈਂ ਤਾਂ ਬਥੇਰੇ ਲੋਕ ਇਦਾਂ ਜਾਂਦੇ ਇਦਾਂ ਆਉਂਦੇ ਵੇਖਿਆ ਇੱਕ ਦਿਨ 'ਚ ਉੱਪਰ ਤੇ ਦੂਜੇ ਦਿਨ ਥੱਲੇ ਪਰ ਮੈਨੂੰ ਅੱਜ ਦੇ ਦਿਨ ਦਾ ਅਫਸੋਸ ਜ਼ਰੂਰ ਹੋਇਆ ਇਹਨਾਂ ਲੋਕਾਂ ਦਾ ਜਾਣ ਦਾ ਇਸ ਗੱਲ ਦਾ ਕਿ ਇੱਕ ਪੰਜਾਬ ਦੇ ਵਿੱਚ ਬਹੁਤ ਵੱਡਾ ਮੁੱਦਾ ਚੱਲ ਰਿਹਾ ਹੈ ਮੂਸੇ ਵਾਲਾ ਸਾਹਿਬ ਦੀ ਮੌਤ ਦਾ ਪੰਜਾਬ ਦਾ ਹਰ ਵਿਅਕਤੀ ਡਰੇ ਆਵੇ ਹੈ ਔਰ ਹਰ ਟੀਵੀ ਚੈਨਲ ਹਰ ਜਗਾ ਤੇ ਹਰ ਬੰਦੇ ਦੇ ਮਨ ਚ ਇੱਕ ਹੀ ਗੱਲ ਹੈ ਕਿ ਪਤਾ ਨਹੀਂ ਮੈਂ ਵਾਪਸ ਘਰਾਂ ਉਹ ਹੈ ਵਾਪਸ ਆਉਂਗਾ ਕਿ ਨਹੀਂ ਆਉਂਗਾ ਚਾਹੇ ਵਪਾਰੀ ਹੈ ਚਾਹੇ ਬਿਜ਼ਨਸਮੈਨ ਹੈ ਇਹ jaan bujh ke ਲੋਕਾਂ ਦਾ ਮਾਈਂਡ ਡਿਵਰਟ ਕਰਨ ਦੇ ਵਾਸਤੇ ਇਹ ਲੋਕ ਇਹ ਲੋਕ ਚੁਣੇ ਗਏ ਇਸ ਮੌਕੇ ਤੇ ਜਾਣਾ ਸੀ ਹੋਰ ਪੰਜਾਂ ਦਿਨਾਂ ਨੂੰ 15 ਦਿਨਾਂ ਨੂੰ ਚਲੇ ਜਾਂਦੇ ਪਹਿਲਾਂ ਚਲੇ ਜਾਂਦੇ ਇਹੀ ਸਮਾਂ ਕਿਉਂ ਚੁਣਿਆ ਗਿਆ ਕੇਵਲ ਕਿ ਅੱਜ ਦਾ ਹੀ ਸਮਾਂ ਉਧਰੋਂ ਸਿੱਧੂ ਮੂਸੇਵਾਲੇ ਦੇ ਮਾਪੇ ਨੂੰ ਵੀ ਵਿਚਾਰੇ ਨੂੰ ਇੱਥੇ ਸੱਦਿਆ ਵੇ। ਉਹ ਆ ਰਹੇ ਨਹੀਂ। ਸੋ ਇਹ ਸਾਰੀ ਸਾਜ਼ਿਸ਼ ਹੈ ਜਿਵੇਂ ਲੋਕ ਕਹਿੰਦੇ ਕਿ ਆਮ ਆਦਮੀ ਪਾਰਟੀ ਵੀ 2 ਟੀਮ ਹੈ ਭਾਜਪਾ ਦੀ। ਅੱਜ ਇਹ ਕਿਤੇ ਨਾ ਕਿਤੇ ਸਿੱਧ ਹੁੰਦਾ ਨਜ਼ਰ ਆ ਰਿਹਾ ਹੈ ਕਿ ਇਹ ਸਾਰੇ ਦਾ ਸਾਰਾ ਸਿੱਧੂ ਮੂਸੇਵਾਲੇ ਦੇ ਜਿਹੜਾ ਇਹ ਪ੍ਰੋਗਰਾਮ ਪੰਜਾਬੀਆਂ ਦੇ ਮਨ ਚ ਜਿਹੜੀ ਗੱਲ ਚੱਲ ਰਹੀ ਹੈ। ਇਹ ਡਾਇਵਰਟ ਕਰਨਾ ਚਾਹੁੰਦੇ ਡਿਲਿਊਟ ਕਰਨਾ ਚਾਹੁੰਦੇ ਇਸ ਮੁੱਦੇ ਨੂੰ ਨਹੀਂ ਤਾਂ ਸੁਨੀਲ ਜਾਖੜ ਸਾਹਿਬ ਇੱਥੇ ਨਹੀਂ ਉੱਥੇ ਤੁਸੀਂ ਦੇਖੋ ਮੈਂ ਸਮਝਾ ਵਰਣਮਬਣਾ ਕੀ ਹੈ ਹੁਣ ਜਾਖੜ ਸਾਹਿਬ ਦੇ ਭਤੀਜਾ ਜੀ ਐਮਐਲਏ ਨੇ ਬਿਲਕੁਲ ਸੁਨੀਲ ਜਾਖੜ ਉਹ ਪਾਰਟੀ ਨਹੀਂ ਛੱਡ ਕੇ ਜਾ ਰਹੇ ਕਿਉਂ ਮੈਂ ਵੀ ਕਿਤੇ ਨਾ ਕਿਤੇ ਅਭੋਰ ਚ ਝਟਕਾ ਹੋ ਸਕਦਾ ਮੈਂ ਤੁਹਾਨੂੰ ਪੁੱਛ ਰਿਹਾ ਵੀ ਕਿਉਂ ਨਹੀਂ ਪਾਰਟੀ ਛੱਡ ਕੇ ਜਾ ਰਹੇ ਮੇਰਾ ਤੁਹਾਡੇ ਨੂੰ ਸਵਾਲ ਹੈ ਤੁਸੀਂ ਪੁੱਛੋ ਉਹਨਾਂ ਨੂੰ ਕਿ ਤੁਸੀਂ ਜਦੋਂ ਭਾਜਪਾ ਚ ਰਲ ਗਏ ਤੁਸੀਂ ਕਈਆਂ ਲੋਕਾਂ ਨੂੰ ਨਾਲ ਲੈ ਕੇ ਜਾ ਰਹੇ ਹੋ ਫਿਰ ਤੁਹਾਡਾ ਭਤੀਜਾ ਕਿਉਂ ਨਹੀਂ ਜਾ ਰਿਹਾ ਉਰੇ ਪਿੱਛੇ ਇੱਕ ਬਹੁਤ ਵੱਡਾ ਕਾਰਨ ਹੈ ਲਾਲਚ ਸਤਾ ਕੁਰਸੀ ਚਲੀ ਜਾਏਗੀ ਕੁਰਸੀ ਚਲੀ ਜਾਏਗੀ ਅਗਰ ਉਹਨੂੰ ਰਲ ਲਿਆ ਤਾਂ ਫੇਰ ਐਮਐਲਏ ਸ਼ਿਪ ਛੱਡਣੀ ਪਏਗੀ ਤੇ ਜਦੋਂ ਐਮਐਲਏ ਸ਼ਿਪ ਛੱਡਣੀ ਪਏਗੀ ਫਿਰ ਦੁਬਾਰੀ ਚੋਣ ਲੜਨਾ ਪਏਗਾ ਤੇ ਜਦੋਂ ਚੋਣ ਲੜਨਾ ਪਏਗਾ ਤੇ ਵੱਡੇ ਤੇ ਛੋਟੇ ਲੀਡਰਾਂ ਦਾ ਪਤਾ ਲੱਗ ਜਾਏਗਾ ਕਿ ਕਿੰਨੇ ਕ ਵੱਡੇ ਐ ਤੇ ਕਿੰਨੇ ਕ ਛੋਟੇ ਮੈਂ ਨਾ ਨਾ ਮੈਂ ਛੋਣਾ ਐਥਿਕਲੀ ਐਥਿਕਲੀ ਜਾਕਰਤ ਸਾਹਿਬ ਦੀ ਮੈਂ ਬਹੁਤ ਰਿਸਪੈਕਟ ਕਰਦਾ ਬੀਇੰਗ ਏ ਮੈਨ ਐਥਿਕਲੀ ਇਹ ਬੰਦਾ ਹੈ ਨਾਲ ਲੈ ਕੇ ਜਾ ਨਾਲ ਲੈ ਕੇ ਜੁਆਇਨ ਕਰੋਣ ਕਿਉਂ ਨਹੀਂ ਇਹਨਾਂ ਆਪਣੇ ਵਿਧਾਇਕ 100% ਵਿਧਾਇਕ ਉਹਨਾਂ ਦੇ ਨਾਲ ਨਹੀਂ ਉਹ ਵੀ ਛੋਟਾ ਭਰਾ ਹੈ ਪਰ ਵਿਧਾਇਕ ਉਹਨਾਂ ਦੇ ਨਾਲ ਨਹੀਂ ਮੈਨੂੰ ਊਰਜਾ ਨਾਲ ਖਬਰਾਂ ਆਉਂਦੀਆਂ ਕਿ ਝੰਡੇ ਲੁਵਾਏ ਜਾ ਰਹੇ ਨੇ ਕਾਂਗਰਸੀਆਂ ਦੇ ਘਰਾਂ ਤੋਂ ਉਹਨਾਂ ਨੂੰ ਕਨਵਰਟ ਕਰਨ ਦੀ ਗੱਲ ਹੋ ਰਹੀ ਨੇ ਵੀ ਬਦਲ ਜੋ ਉਹ ਕਹਿੰਦੇ ਸਾਰਾ ਹਲਕਾ ਬਦਲ ਜੋ ਪਰ ਮੈਂ 4.5 ਸਾਲ ਇੱਥੇ ਰਵਾਂਗਾ ਠੀਕ ਹੈ ਤੇ 4.5 ਸਾਲ ਬਾਅਦ ਜਦੋਂ ਮੇਰਾ ਕੰਮ ਪੂਰਾ ਹੋ ਗਿਆ ਮੈਂ ਐਮਐਲਏ ਜਿੱਤੇ ਜਿਤਾਇਆ ਰਹਿ ਗਿਆ ਫਿਰ ਮੈਂ ਪਾਰਟੀ ਨੂੰ ਛੱਡ ਕੇ ਜਾਵਾਂਗਾ ਤਾਂ ਜੋ ਇਲੈਕਸ਼ਨ ਮੇਰੇ ਕਹਿਣ ਦਾ ਮਤਲਬ ਇਹ ਗੱਲ ਮੈਂ ਕਿਉਂ ਦਸੀ ਇਹ ਮੈਂ ਜਾਖੜ ਸਾਹਿਬ ਦੀ ਨਹੀਂ ਹਰ ਵਿਅਕਤੀ ਸਵਾਰਥੀ ਹੋ ਗਿਆ ਯਾਰ ਨਹੀਂ ਨਹੀਂ ਸੂਜੀ ਕਿਉਂ ਨਹੀਂ ਕਰ ਰਹੇ ਸਵਾਰਥ ਸਵਾਰਥੀ ਹਰ ਵਿਅਕਤੀ ਸਵਾਰਥੀ ਉਹਨੂੰ ਲੱਗਦਾ ਕਿ ਕਿਦਾਂ ਫਾਇਦਾ ਹੋ ਸਕਦਾ ਚਲੋ ਚੱਲਦੇ ਆਂ ਬੀਜੇਪੀ ਤੂੰ ਸਕਿਉਰਿਟੀ ਲੈ ਲਾਂਗੇ ਸਰਕੋਲੇ ਹੋਣ ਸਕੇ ਰੇਰਿਨੀ ਸਮ ਆਫ 뎀 ਥੇਅਰ ਲਾਈਕ ਥਿਸ ਹਰ ਬੰਦਾ ਇਹੀ ਤਾਂ ਦਿੱਕਤ ਹੋਈ ਹੈ ਕਲਜੁਗ ਇਹਨੂੰ ਤਾਂ ਕਲਜੁਗ ਕਹਿੰਦੇ ਕਿ ਤਾਕਤਵਾਲ ਬਿਨਾ ਤਾਕਤ ਤੋਂ ਅਗਲਾ ਰਹਿਣਾ ਨਹੀਂ ਚਾਹੁੰਦਾ ਕਈ ਬੰਦੇ ਨੇ ਤਾਂ ਦੋ ਦੋ ਤਿੰਨ ਤਿੰਨ ਵਾਰੀ ਪਾਰਟੀਆਂ ਬਦਲੀਆਂ ਚਾਰ ਚਾਰ ਐਂਡ ਕਮਾਲ ਦੀ ਗੱਲ ਹੈ ਯਾਰ ਵੇਖੋ ਵੀ ਚਾਰ ਤਿੰਨ ਤਿੰਨ ਵਾਰੀ ਪਾਰਟੀਆਂ ਲੋਕ ਬਦਲ ਕੇ ਅੱਜ ਵੀ ਅਸੀਂ ਕਹਿੰਦੇ ਬੜੇ ਫਕਰ ਨਾਲ ਚੌੜੇ ਹੋ ਕੇ ਨਵੀਂ ਪਾਰਟੀ ਜੁਆਇਨ ਕਰਨ ਜਾ ਰਹੇ ਕਰਦਾਰ ਕੀ ਹੈ ਤੁਸੀਂ ਆਮ ਵਿਅਕਤੀ ਨੂੰ ਪਿੰਡਾਂ ਦੇ ਵਿੱਚ ਕਹਿੰਦੇ ਹੋ ਕਿ ਯਾਰ ਇਹ ਮੇਰੇ ਤੋਂ ਕੰਮ ਲੈ ਕੇ ਫਲਾਣੇ ਨਾਲ ਹੋ ਗਿਆ ਉਹੀ ਤਾਂ ਕਰਤਾਰ ਦੇ ਤੁਸੀਂ ਮਾਲਕ ਹੋ ਇਹਨਾਂ ਨੇ ਰਾਜਨੀਤਿਕ ਗੰਦੀ ਇਹਨਾਂ ਲੋਕਾਂ ਨੇ ਕੀਤੀ ਹੈ ਸਾਡੇ ਚਿੱਟੇ ਕੱਪੜਿਆਂ ਤੇ ਦਾਗ ਇਹਨਾਂ ਨੇ ਲਾਉਣਾ ਸ਼ੁਰੂ ਕੀਤਾ ਕਿਉਂ ਕਿਉਂਕਿ ਇਹ ਲੋਕ ਤਾਕਤ ਤੋਂ ਬਿਨਾ ਰਹਿ ਨਹੀਂ ਸਕਦੇ ਇਹਨਾਂ ਨੂੰ ਲੱਗਦਾ ਹੈ ਕਿ ਤਾਕਤ ਗੱਡੀ ਤੋਂ ਬਿਨਾ ਅੱਗੇ ਰਵਾਂਗੇ ਤਾਂ ਅਸੀਂ ਮਰ ਜਾਵਾਂਗੇ ਸੋ ਇਹਨਾਂ ਨੇ ਥੱਲੇ ਇੱਕ ਏਜੰਡਾ ਸੈੱਟ ਕਰਤਾ ਇਸੇ ਕਰਕੇ ਲੋਕ ਵਿਚਾਰੇ ਉਹ ਜੋਗੇ ਜਿਹੜੇ ਆਮ ਬੰਦੇ ਹੁਣ ਆਮ ਬੰਦੇ ਨੇ ਤਾਂ ਕੰਮ ਲੈਣਾ ਜੇ ਵਜ਼ੀਰ ਰਹੇ ਬੰਦੇ ਜੇ ਪ੍ਰਧਾਨ ਰਹੇ ਬੰਦੇ ਜੇ ਕੈਬਨਿਟ ਮੰਤਰੀ ਰਹੇ ਬੰਦੇ ਸਾਰੇ ਅਹੁਦਿਆਂ ਤੇ ਪਰਿਵਾਰਾਂ ਨੂੰ ਰੱਖਣ ਦੇ ਬਾਬਯੂਦ ਫੇਰ ਉਹ ਉਹਨਾਂ ਦੇ ਮਨ ਚ ਉਤੇਜਨਾ ਹੈ ਤੇ ਆਮ ਵਿਅਕਤੀ ਦੇ ਕੀ ਹੋਗਾ ਸੋ ਸੋ ਇਹੋ ਜਿਹੇ ਲੋਕਾਂ ਦਾ ਵੀ ਅੰਤ ਹੋਏਗਾ ਮੇਰੀ ਗੱਲ ਯਾਦ ਰੱਖਿਓ ਜਦੋਂ ਰੈਵੋਲੂਸ਼ਨ ਆਉਂਦਾ ਹੈ ਨਾ ਰੈਵੋਲੂਸ਼ਨ ਰੈਵੋਲੂਸ਼ਨ ਉਦੋਂ ਇਹੋ ਜਿਹੇ ਲੋਕਾਂ ਦਾ ਅੰਤ ਹੋਣਾ ਹੁੰਦਾ ਹੈ ਅੰਤ ਸੋ ਕੋਈ ਫਰਕ ਨਹੀਂ ਪੈਂਦਾ ਕੋਈ ਫਰਕ ਨਹੀਂ ਪੈਂਦਾ ਕਾਂਗਰਸੀ ਇਹ ਨਵੇਂ ਨੌਜਵਾਨਾਂ ਦੇ ਵਾਸਤੇ ਦਰਵਾਜ਼ੇ ਖੋਲੇ ਗਏ ਨੇ ਔਰ ਬਿਲਕੁਲ ਅਸੀਂ ਡਟ ਕੇ ਲੜਾਂਗੇ ਜੇ ਉਹਰਾ ਤੁਜ਼ਰਬਾ ਕਰਨਾ ਚਾਹੁੰਦੇ ਤਾਂ ਹਬੋਤ ਚ ਕਰ ਲੈਣ। ਬੜੀ ਸਰ ਇੱਕ ਸਵਾਲ ਇਹਦੇ ਨਾਲ ਵੀ ਕੈਪਟਨ ਮਨਿੰਦਰ ਨੇ ਇਹ ਗੱਲ ਕਹੀ ਸੀ ਕਿ ਮੇਰੇ ਕੋਲ ਲਿਸਟ ਹੈ ਮੈਂ ਇਹਦਾ ਨਾਂ ਸੂਚੀ ਭਗਵੰਤ ਮਾਨ ਨੂੰ ਕਾਰਵਾਈ ਕਰਨੀ ਆ ਤਾਂ ਕਹਿੰਦੇ ਤੁਸੀਂ ਜਿਹੜੀਆਂ ਮੋਰੀਆਂ ਦੀ ਗੱਲ ਕਰਦੇ ਹੋ ਡੱਬਿਆਂ ਚ ਮੋਰੀਆਂ ਨੇ ਇਹ ਕਹਿੰਦੇ ਕੈਪਟਨ ਸਾਹਿਬ ਦੀਆਂ ਪਾਈਆਂ ਮੋਰੀਆਂ ਤਾਂ ਨਹੀਂ ਹੋ ਸਕਦਾ ਯਾਰ ਹੋ ਸਕਦਾ ਹੋ ਸਕਦਾ ਸਭ ਕੁਝ ਹਰ 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 ਚੀਜ਼ ਮੈਂ ਕਿਹਨੇ ਮੈਂ ਕਹਿੰਦੇ ਜਦੋਂ ਬੰਦਾ ਇੱਕ ਇੱਕ ਬੰਦਾ ਕੱਲ ਕੈਂਡਲ ਮਾਰਚ ਕਰ ਰਿਹਾ ਸੀ ਅੱਜ ਕੀ ਵਾਪਰ ਗਿਆ ਬਈ ਅੱਜ ਕਿਹੜੀ ਨਾਰਾਜ਼ਗੀ ਹੋਊਗੀ ਕੋਈ ਵਿਅਕਤੀ ਸਾਡੇ ਕਾਂਗਰਸ ਪਾਰਟੀ ਦਾ ਪਰਸੋਂ ਵਾਈਸ ਪ੍ਰਧਾਨ ਬਣ ਕੇ ਅਹੁਦੇ ਲੈ ਕੇ ਕਾਂਗਰਸ ਪਾਰਟੀ ਜਿੰਦਾਬਾਦ ਦੇ ਨਾਰੇ ਲਾ ਰਿਹਾ ਸੀ ਯਾਰ ਤੁਸੀਂ ਕੀ ਦੱਸਣਾ ਚਾਹੁੰਦੇ ਹੋ ਨਵੀਂ ਪੀੜ੍ਹੀ ਨੂੰ ਕੀ ਸੋਚ ਦੇਣਾ ਚਾਹੁੰਦੇ ਹੋ ਕਿ ਇੰਨੀ 도ਗਲੇ ਹੋ ਜਾਓ ਕਿ ਰਾਤ ਨੂੰ ਸੁੱਤੇ ਪਏ ਹੋਰ ਤੇ ਸਵੇਰ ਹੋਰ ਤੇ ਸ਼ਾਮ ਨੂੰ ਹੋਰ ਇਹੇ ਲੋਗ ਗੁਨਾਹਗਾਰ ਹੈ ਜਿਨ੍ਹਾਂ ਨੇ ਨਹੀਂ ਲੀਡਰਾਂ ਦਾ ਕਰਦਾਰ ਬੜਾ ਹੁੰਦਾ ਸੀ ਬਿਲਕੁਲ ਲੀਡਰ ਕਰਦਾਰ ਦੇ ਪਿੱਛੇ ਮਰ ਜਾਂਦੇ ਸਨ ਸੋ ਲੀਡਰਾਂ ਦੀ ਲੋਕ ਕਦਰ ਕਰਦੇ ਸਨ ਕੁਰਤੇ ਪਜਾਮੇ ਵਾਲੇ ਲੋਕਾਂ ਦੀ ਵੀ ਯਾਰ ਆਹ ਵਿਅਕਤੀ ਵਾ ਗਿਆ ਹੁਣ ਕਿਉਂ ਨਹੀਂ ਲੀਡਰਾਂ ਤੇ ਕੋਈ ਇਤਬਾਰ ਕਰਦਾ ਇਨ੍ਹਾਂ ਲੋਕਾਂ ਦੀ ਕਰਕੇ ਕਿਉਂਕਿ ਇਹਨਾਂ ਦਾ ਕੋਈ ਪਤਾ ਨਹੀਂ ਕਿਸ ਵੇਲੇ ਕੱਪੜੇ ਬਦਲ ਜਾਣ ਕਿਸ ਵੇਲੇ ਰੰਗ ਬਦਲ ਜਾਣ ਕਿਸ ਵੇਲੇ ਭੇਸ ਬਦਲ ਜਾਣ ਕਿਸ ਲਾਲਚ 'ਚ ਇਹ ਲੋਕ ਆ ਜਾਣ ਇਹਨਾਂ ਦਾ ਕੋਈ ਪਤਾ ਨਹੀਂ ਕੋਈ ਪਤਾ ਨਹੀਂ ਪਰ ਸੋ ਗਵਰਨਰ ਨੂੰ ਮਿਲ ਕੇ ਆਏ ਕਈ ਲੀਡਰ ਕਈ ਨਹੀਂ ਕੈਂਡਲ ਮਾਰਚ ਕੀਤਾ ਐਡੀ ਕੀ ਗੱਲ ਹੋਗੀ ਇਹ ਮਤਲਬ ਤੁਸੀਂ ਧੋਖਾ ਕਰ ਰਹੇ ਸੀ ਤੁਸੀਂ ਕਹਿਣਾ ਸ਼ਰਿਆਮ ਦੱਸ ਕੇ ਜਾਓ ਤੁਸੀਂ ਕਹੋ ਸਿਆਣੇ ਵੀ ਕਹਿੰਦੇ ਪੰਜਾਬੀ ਆਂਦੀ ਤਾਂ ਗੱਲ ਹੀ ਏ ਕਿ ਭਾਈ ਸਾਹਿਬ ਆਪਣਾ ਰਿਸ਼ਤਾ ਹੁਣ ਖਤਮ ਹੋ ਚੁੱਕਿਆ ਹੈ ਤੇ ਮੈਂ ਅਗਲੇ ਸਮੇਂ ਦੇ ਵਿੱਚ ਕੁਝ ਫੈਸਲਾ ਹਰ ਇੱਕ ਆਮ ਬੰਦੇ ਦਾ ਵੀ ਕਰਦਾਰ ਹੈ ਯਾਰ ਅਸੀਂ ਉਹਨੂੰ ਮਰਦ ਬੰਦਾ ਸਮਝਦੇ ਅਗਲਾ ਕਹਿੰਦਾ ਯਾਰ ਯਾਰੀ ਨਵਾ ਕੇ ਗਿਆ ਫੇਰ ਜਿਹਨੇ ਨਾ ਯਾਰੀ ਰੱਖਣੀ ਉਹਨੂੰ ਫਿਰ ਨਿੰਦਣਾ ਇਹ ਤੁਸੀਂ ਵੇਖੋਗੇ ਸਾਰੇ ਬੰਦੇ ਕਾਂਗਰਸ ਪਾਰਟੀ ਦੇ ਬਾਰੇ ਇਹ ਹੁਣ ਬੋਲਣਗੇ ਰੋਜ਼ ਨਵੀਂ ਗੱਲ ਦੱਸਣਗੇ ਸਿਆਣੇ ਕਹਿੰਦੇ ਵੀ ਆਪਣੀਆਂ ਚੀਜ਼ਾਂ ਲਈ ਯਾਰ ਇਹਨਾਂ ਨੂੰ ਕੋਈ ਸੁਣ ਲਈ ਤਿਆਰ ਹੀ ਨਹੀਂ ਹੈ ਜੇ ਕੋਈ ਸੁਣ ਲਈ ਤਿਆਰ ਹੁੰਦਾ 45 45 ਹਜ਼ਾਰ ਵੋਟਰਾਂ ਦੇ ਹਰਦੇ ਇਹ ਲੋਕ ਪਲਟਵਾਰ ਛਟਕਾ ਕੀ ਹੈ ਬੀਜੇਪੀ ਲਈ ਪਲਟਵਾਰ ਛਟਕਾ ਰਾਜਾ ਵੜਿੰਗ ਦਾ ਜਾਂ ਕਾਂਗਰਸ ਦਾ ਕੀ ਪਲਟਵਾਰ ਛਕ ਜਿਹੜਾ ਛਟਕਾ ਛੁਟਕਾ ਮੈਂ ਫੇਰ ਇਹ ਕਹਿਣਾ ਮੈਂ ਕੋਈ ਹੌਮੇ ਤੇ ਹੰਕਾਰ ਚ ਨਹੀਂ ਬੋਲਣਾ ਚਾਹੁੰਦਾ ਪਲਟਵਾਰ ਛਟਕਾ ਉਹ ਸੁਗਰੂਰ ਦਾ ਬਾਈ ਇਲੈਕਸ਼ਨ ਹੈ ਪਲਟਵਾਰ ਛਟਕਾ ਕ੍ਰੌਨ ਹਬੋਰ ਦਾ ਇਲੈਕਸ਼ਨ ਪਲਟਵਾਰ ਛਟਕਾ ਆਪਣੇ ਆਪ ਪਤਾ ਲੱਗ ਜਾਏਗਾ ਕਿ ਕਿੰਨੀ ਤਾਕਤ ਹੈ ਔਰ ਮੈਂ ਬੇਨਤੀ ਕਰਾਂਗਾ ਮੈਂ ਬੇਨਤੀ ਕਰਾਂਗਾ ਹੋਰ ਵੀ ਕਈ ਐਸੇ ਵਿਅਕਤੀ ਹੈਗੇ ਨੇ ਜਿਹੜੇ ਤੁਹਾਨੂੰ ਲੱਗਦਾ ਚੰਗੇ ਲੱਗਦਾ ਹੈ ਜਲਦੀ ਲੈ ਜਾਓ ਸੋ ਸਦਾਉ ਆਫਰ ਦਿੱਤਾ ਗਿਆ ਬੀਜੇਪੀ ਨੂੰ ਕਿ ਜਿਹੜੇ ਹੋਰ ਬੰਦੇ ਤੱਕਦੇ ਨੇ ਕਾਂਗਰਸ ਦੇ ਵਿੱਚ ਉਹ ਜਲਦੀ ਲੈ ਜਾਓ ਹਾਲਾਂਕਿ ਰਾਜਵਣਿਕ ਦਾ ਕਹਿਣਾ ਹੈ ਕਿ ਕਾਂਗਰਸ ਨੂੰ ਜੇਕਰ ਸਾਬਕਾ ਮੰਤਰੀ ਗਏ ਨੇ ਤਾਂ ਚੰਗਾ ਹੀ ਹੋਇਆ ਆ ਨਵਾਂ ਮੌਕਾ ਮਿਲੇਗਾ ਉਹ ਦੇਖਦੇ ਆ ਨਵੇਂ ਮੌਕੇ ਨਾਲ ਪੰਜਾਬ ਚ ਕਾਂਗਰਸ ਦਾ ਪੁਖ ਕੀ ਬਣਦਾ ਹੈ ਮਨ ਸਰਖਾਬ ਆਪਣੇ ਸਹਿਯੋਗੀ ਜੱਸੀ ਦੇ ਨਾਲ ਰੋਜ਼ਾਨਾ ਸਪੋਰਟਸਮੈਨ ਚੰਡੀਗੜ੍ਹ